अज द्राहा नगर कौंसल दे समूह सीवर मैना वल्लों अनमिथे समे लई हड़ताल कर दिती गई। उन्होंने आरोप लगाया कि नगर कौंसल वल्लों डीसी रेट ते उन्हां नूं तनखाह नहीं दिती जा रही। इस मौके उन्होंने होर भी कई गंभीर आरोप अधिकारियों ते लाए। उन्होंने सेंट्री इंस्पैक्टर अजय कुमार ते आरोप लाया कि सानू ना कोई सेफ्टी किट दिती जांदी है ते ना ही कोई वर्दियां दित्तियां जांदियां ने, ना ही सानू सेंट्री इंस्पैक्टर धक्के नाल गटर दे विच उतारदे हन, जदकि कानूनी रूप दे विच इस चीज़ ते पाबंदी लगी हुई है। इस मौके उन्होंने जानकारी दिंदे हुए यह भी दस्या कि स्टाफ दे अंदर अकाउंटेंट वल्लों उन्हां दे नाल अवरुद्ध व्यवहार किया गया अते उन्होंने कहा कि जद तक उन्हां दीआं मंगां नहीं मन्नियां जांदियां ਉਹ ਇਹ ਕਾਰਵਾਈ ਇਦਾਂ ਹੀ ਜਾਰੀ ਰੱਖਣਗੇ। ਰੌਕੀ ਜੀ ਕੀ ਮਾਮਲਾ ਇਹ ਨਗਰ ਕੌਂਸਲ ਦਾ ਜਿਹੜਾ ਤੁਸੀਂ ਅੱਜ ਇਹ ਪ੍ਰਦਰਸ਼ਨ ਕਰ ਰਹੇ ਹੋ? ਮਾਮਲਾ ਜੀ ਇਹ ਤੁਹਾਨੂੰ ਦੱਸਿਆ ਵੀ ਵਿਸਤਾਰ ਦੇ ਵਿੱਚ ਜੋ ਵੀ ਸਰਕਾਰ ਵੱਲੋਂ ਹਦਾਇਤਾਂ ਜਾਰੀ ਹੁੰਦੀਆਂ ਨੇ ਸਾਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ। ਜਦੋਂ ਵੀ ਅਸੀਂ ਆਪਣੀ ਮੰਗਾਂ ਦੀ ਅੰਦਰ ਚਿੱਠੀ ਦਿੰਦੇ ਹਾਂ ਉਹ 'ਤੇ ਕੋਈ ਗੌਰ ਨਹੀਂ ਕੀਤੀ ਜਾਂਦੀ ਅਤੇ ਅਸੀਂ ਸਾਡੀ ਸਹੂਲਤਾਂ ਵਾਸਤੇ ਜੋ ਵੀ ਸਰਕਾਰ ਵੱਲੋਂ ਕੁਛ ਵੀ ਆਉਂਦਾ ਸੀਵਰਮੈਨਾਂ ਦੀ ਜੋ ਵੀ ਸਭ ਤੋਂ ਜ਼ਰੂਰੀ ਚੀਜ਼ਾਂ ਨੇ ਕਿੱਟਾਂ ਅਤੇ ਸਾਨੂੰ ਉਹ ਨਹੀਂ ਮੁਹੱਈਆ ਕਰਾਈਆਂ ਗਈਆਂ। ਜੋ ਵਰਦੀਆਂ ਦੀ ਗੱਲ ਹੋਈ ਸੀ ਵਰਦੀਆਂ ਦੀ ਚਿੱਠੀਆਂ ਜੋ ਨਿਕਲਦੀਆਂ ਡਾਇਰੈਕਟਰ ਵੱਲੋਂ ਉਹਦੀ ਪਾਲਣਾ ਨਹੀਂ ਕੀਤੀ ਗਈ। ਜੋ ਸਾਨੂੰ ਅੰਦਰ ਡੀਸੀ ਰੇਟ ਜੋ ਸਰਕਾਰ ਵੱਲੋਂ ਨਿਕਲਦਾ ਵਾ ਉਹ ਹਿਸਾਬ ਨਾਲ ਸਾਨੂੰ ਤਨਖਾਹ ਨਹੀਂ ਦਿੱਤੀ ਜਾਂਦੀ। ਅੱਜ ਜਦੋਂ ਅਸੀਂ ਹੜਤਾਲ ਦੀ ਕੱਲ੍ਹ 5 ਤਰੀਕ ਨੂੰ ਅਸੀਂ ਚਿੱਠੀ ਅੰਦਰ ਦਿੱਤੀ ਆ ਹੜਤਾਲ ਬਾਰੇ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਅਤੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਊਗੀ। ਇਸ ਕਰਕੇ ਅੱਜ ਜਦੋਂ ਸਵੇਰੇ ਫਿਰ ਅਸੀਂ ਦਫ਼ਤਰ ਦੇ ਵਿੱਚ ਆਏ ਹਾਂ ਅਤੇ ਸਾਨੂੰ ਇਹ ਦੱਸਿਆ ਜਾ ਰਿਹਾ ਸੈਂਟਰੀ ਇੰਸਪੈਕਟਰ ਵੱਲੋਂ ਕਿ ਜਿਨ੍ਹਾਂ ਦੇ ਸਮਾਂ ਘੱਟ ਲੱਗਿਆ ਅਤੇ ਉਹਨਾਂ ਨੂੰ ਤਨਖਾਹ ਇਸ ਰੇਟ ਨਾਲ ਨਹੀਂ ਦਿੱਤੀ ਜਾਊਗੀ। ਮੈਂ ਇਹ ਪੁੱਛਣਾ ਚਾਹੁੰਦਾ ਵਾਂ ਸੈਂਟਰੀ ਇੰਸਪੈਕਟਰ ਸਾਹਿਬ ਨੂੰ ਕਿ ਜੋ ਸਰਕਾਰ ਨੇ ਸੀਵਰਮੈਨਾਂ ਦਾ ਰੇਟ ਤੈਅ ਕੀਤਾ ਕੀ ਗੱਲ ਉਹ ਸੀਵਰਮੈਨਾਂ ਦੇ ਵਿੱਚ ਨਹੀਂ ਆਉਂਦੇ? ਜੋ ਸੀਵਰ ਦਾ ਕੰਮ ਕਰਦੇ ਉਸ ਰੇਟ 'ਤੇ ਨਹੀਂ ਆਉਂਦੇ? ਜੇ ਨਹੀਂ ਆਉਂਦੇ ਤਾਂ ਸਾਨੂੰ ਲਿਖਤੀ ਰੂਪ 'ਚ ਦਿੱਤਾ ਜਾਵੇ। ਅਸੀਂ ਇਸ ਦੀ ਮੰਗ ਕਰਦੇ ਹਾਂ ਅਤੇ ਅਸੀਂ ਸਰਕਾਰ ਵੱਲ ਨੂੰ ਇਹੀ ਅਪੀਲ ਕਰਦੇ ਹਾਂ ਕਿ ਸਾਡੀ ਇਸ ਗੱਲਾਂ 'ਤੇ ਗੌਰ ਕੀਤੀ ਜਾਵੇ ਅਤੇ ਨਗਰ ਕੌਂਸਲ ਦੁਰਾਹਾ 'ਤੇ ਨੱਥ ਪਾਈ ਜਾਵੇ। ਜੋ ਵੀ ਕਰਮਚਾਰੀ ਅੰਦਰ ਬੈਠੇ ਨੇ ਸਰਕਾਰ ਦੇ ਅਕਾਊਂਟੈਂਟ ਸਾਹਿਬ, ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਤਾਂ ਸਾਨੂੰ ਇਹ ਕਹਿ ਰਿਹਾ ਕਿ ਇਹ ਕਿਹੜਾ ਸਬਜ਼ੀ ਦੀ ਦੁਕਾਨ ਆ ਕਿ ਤੁਹਾਨੂੰ ਅਸੀਂ ਆਪਣੇ ਆਪ ਜੋ ਤੁਸੀਂ ਰੇਟ ਕਹੋਗੇ ਅਸੀਂ ਤੁਹਾਨੂੰ ਦੇ ਦਾਂਗੇ। ਅਤੇ ਇਸ ਗਲਤ ਅਪਸ਼ਾਦਲੀ ਬੋਲਦੇ ਹੋਏ ਸਾਨੂੰ ਇਹ ਦੁਥਕਾਰਿਆ ਜਾਂਦਾ ਜਿਵੇਂ ਕਿ ਅਸੀਂ ਇਹਨਾਂ ਕੋਲੋਂ ਅਸੀਂ ਭੀਖ ਮੰਗਦੇ ਹਾਂ। ਅਸੀਂ ਆਪਣੇ ਹੱਕਾਂ ਲਈ ਲੜਦੇ ਹਾਂ ਕਿ ਅਸੀਂ ਸਾਨੂੰ ਇੰਨਾ ਅਧਿਕਾਰ ਨਹੀਂ ਕਿ ਅਸੀਂ ਆਪਣੇ ਹੱਕ ਵੀ ਮੰਗ ਸਕੀਏ। ਤਰ੍ਹਾਂ ਕਿ ਸਾਨੂੰ ਪਤਾ ਲੱਗਿਆ ਕਿ ਸਰਕਾਰੀ ਕਰਮਚਾਰੀਆਂ ਦੀ ਜਾਨ ਜੋਖਿਮ 'ਚ ਪਾ ਕੇ ਵੀ ਉਹਨਾਂ ਤੋਂ ਕੰਮ ਕਰਵਾਇਆ ਜਾ ਰਿਹਾ, ਬਾਕੀ ਇਹਦੇ ਬਾਰੇ ਤੁਸੀਂ ਕੋਈ ਚਾਨਣਾ ਪਾ ਸਕਦੇ ਹੋ? ਹਾਂਜੀ, ਜਿਵੇਂ ਕਿ ਸੀਵਰ ਦਾ ਕੰਮ ਹੋ ਰਿਹਾ, ਸਰਕਾਰ ਵੱਲੋਂ ਇੱਕ ਕਾਨੂੰਨ ਬਣਾਇਆ ਗਿਆ ਕਿ ਜਿਹੜਾ ਸੀਵਰ ਦੇ ਵਿੱਚ ਤਾਰ ਦਾ ਅਫਸਰ ਜਾਂ ਕੋਈ ਮੇਟ ਕੋਈ ਵੀ ਅਫਸਰ ਉਹਦੇ ਕਾਨੂੰਨੀ ਕਾਰਵਾਈ ਕੀਤੀ ਜਾਓ। ਪਰ ਦਰਾਹੇ ਦੇ ਵਿੱਚ ਇਸ ਤਰ੍ਹਾਂ ਦਾ ਹਾਲਾ ਕੀ ਹੋ ਰਿਹਾ ਵਾ, ਸਫਾਈ ਸੀਵਰਮੈਨਾਂ ਨੂੰ ਸੀਵਰ ਦੇ ਵਿੱਚ ਤਾਰ ਕੇ ਉਹਨਾਂ ਤੋਂ ਕੰਮ ਕਰਾਇਆ ਜਾਂਦਾ। ਜਦੋਂ ਇਸ ਵਿਸ਼ੇ ਦੇ ਵਿੱਚ ਗੱਲ ਕੀਤੀ ਆ ਕਹਿੰਦੇ ਜੀ ਅਸੀਂ ਐਵੇਂ ਕਰਾ ਸਕਦੇ ਹਾਂ, ਕੋਈ ਕਾਨੂੰਨਾਂ ਦੀ ਇਹਨਾਂ ਨੂੰ ਡਰ ਨਹੀਂ। ਜੇ ਰੱਬ ਨਾ ਕਰੇ ਕੱਲ੍ਹ ਨੂੰ ਕੋਈ ਸੀਵਰਮੈਨਾਂ ਨੂੰ ਕੋਈ ਅਣਕਹੀ ਘਟਨਾ ਵਾਪਰਦੀ ਆ ਤਾਂ ਉਸਦਾ ਕੌਣ ਜ਼ਿੰਮੇਵਾਰ ਹੋਵੇਗਾ? ਇਸ ਚੀਜ਼ ਦੀ ਜਦੋਂ ਗੱਲ ਕੀਤੀ ਜਾਂਦੀ ਕਿ ਸਾਨੂੰ ਲਿਖਤੀ ਰੂਪ 'ਚ ਦਿੱਤਾ ਜਾਵੇ ਕਿ ਜਦੋਂ ਕੋਈ ਸੀਵਰਮੈਨ ਸੀਵਰ ਦੇ ਵਿੱਚ ਤਾਰ ਕੇ ਉਹਦੀ ਸਫਾਈ ਕਰਾਉਣੀ ਚਾਹੁੰਦਾ ਅਫਸਰ, ਅਤੇ ਉਸ ਤੋਂ ਲਿਖਤੀ ਰੂਪ 'ਚ ਜਦੋਂ ਮੰਗਿਆ ਤਾਂ ਸਭ ਪਿੱਛੇ ਹਟਦੇ ਨੇ। ਸੀਵਰੇਜ ਕਰਮਚਾਰੀਆਂ ਵੱਲੋਂ ਨਗਰ ਕੌਂਸਲ ਦੇ ਅਧਿਕਾਰੀ ਅਜੇ ਕੁਮਾਰ ਸੈਂਟਰੀ ਇੰਸਪੈਕਟਰ 'ਤੇ ਗੰਭੀਰ ਆਰੋਪ ਲੱਗ ਰਹੇ ਨੇ ਅਤੇ ਅਜੇ ਕੁਮਾਰ ਜੀ ਆਪਣੇ ਆਰੋਪਾਂ ਤੋਂ ਆਪਣੇ ਆਪ ਨੂੰ ਬਾਲ ਬਚਾਉਂਦੇ ਹੋਏ ਸਾਫ਼ ਮੁੱਕਰ ਰਹੇ ਨੇ। ਇਸ ਸੰਬੰਧ 'ਚ ਸੀਵਰੇਜ ਮੈਨ ਨਾਲ ਗੱਲ ਕਰਦੇ ਹਾਂ। ਕੀ ਨਾਮ ਹੈ ਛੋਟੇ ਵੀਰ ਤੇਰਾ? ਅਨਿਲ ਕੁਮਾਰ ਹੈ ਜੀ। ਆਪਣਾ ਕੀ ਕੰਮ ਕਰਦੇ ਹੋ ਤੁਸੀਂ ਨਗਰ ਕੌਂਸਲ? ਸੀਵਰ ਦਾ ਕੰਮ ਕਰਦੇ ਹਾਂ। ਕੀ ਮਾਮਲਾ ਇਹ? ਸਰ ਜੀ, ਸਾਨੂੰ ਵਿੱਚ ਤਾਰਿਆ, ਅਸੀਂ ਮਨਾ ਕਰਨ ਤੋਂ ਬਾਅਦ ਵੀ ਸਾਨੂੰ ਧਮਕੀ ਦਿੰਦੇ ਨੇ ਵੀ ਤੁਹਾਨੂੰ ਭਜਾ ਦਾਂਗੇ। ਸਾਨੂੰ ਵਿੱਚ ਵੜਨਾ ਪਿਆ ਡਰਦੇ ਮਾਰਿਆਂ ਨੂੰ ਵੀ ਇੰਨੀ ਦੇਰ ਹੋ ਗਈ ਸਾਨੂੰ ਵਿੱਚ ਸੀਵਰ ਦਾ ਕੰਮ ਕਰਦੇ, ਜੇ ਹੁਣ ਹਟਾ ਤਾ ਸਾਡਾ ਕਿਤੇ ਹੋਰ ਕੰਮ ਨਹੀਂ ਬਣਨਾ। ਕੌਣ ਧਮਕੀ ਦੇ ਰਿਹਾ ਤੁਹਾਨੂੰ? ਅਜੇ ਕੁਮਾਰੀ, ਸੈਂਟਰੀ ਇੰਸਪੈਕਟਰ। ਅੱਜ ਅਸੀਂ ਮੁਲਾਜ਼ਮਾਂ ਵੱਲੋਂ ਅਵਰੁੱਧ ਵਿਵਹਾਰ ਕਰਨ ਦੇ ਇਲਜ਼ਾਮ ਦੇ ਸੰਬੰਧ ਵਿੱਚ ਅਕਾਊਂਟੈਂਟ ਰਮਨ ਮੈਨੋਰੋ ਜੀ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਕੀ ਉਹਨਾਂ ਵੱਲੋਂ ਇਹ ਜਿਹੜੀ ਸ਼ਬਦਾਵਲੀ ਆ ਉਪਯੋਗ ਕੀਤੀ ਗਈ ਮੁਲਾਜ਼ਮਾਂ ਦੇ ਨਾਲ। ਹਾਂਜੀ ਰਮਨ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਇਸ ਸੰਬੰਧ 'ਚ ਮੇਰੀ ਕੋਈ ਇਹੋ ਜਿਹੀ ਨਾ ਮੈਂ ਕੋਈ ਗੱਲਬਾਤ ਕਿਸੇ ਨੂੰ ਕਹੀ ਹੈ ਨਾ ਇਹ ਗੱਲਬਾਤ ਹੋਈ ਹੈ। ਤਾਂ ਤੁਹਾਡੇ ਕਹਿਣ ਦਾ ਮਤਲਬ ਆ ਕਿ ਜਿਹੜੇ ਮੁਲਾਜ਼ਮ ਇਲਜ਼ਾਮ ਲਗਾ ਰਹੇ ਨੇ ਉਹ ਨਿਰਾਧਾਰ ਨੇ, ਕੋਈ ਇਹਨਾਂ ਦਾ ਆਧਾਰ ਨਹੀਂ ਹੈ? ਕੋਈ ਆਧਾਰ ਨਹੀਂ, ਕੋਈ ਆਧਾਰ। ਅੱਜ ਦੀ ਹੜਤਾਲ ਦੇ ਸੰਬੰਧ 'ਚ ਅਸੀਂ ਸੈਂਟਰੀ ਇੰਸਪੈਕਟਰ ਅਜੇ ਕੁਮਾਰ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਮੁਲਾਜ਼ਮ ਹੜਤਾਲ 'ਤੇ ਕਿਉਂ ਗਏ। ਅਜੇ ਜੀ, ਇਹ ਮੁਲਾਜ਼ਮ ਅੱਜ ਹੜਤਾਲ 'ਤੇ ਕਿਉਂ ਬੈਠ ਗਏ ਜੀ? ਇਹਨਾਂ ਦਾ ਨਾ ਜਿਹੜਾ ਤਨਖਾਹ ਦਾ ਬਿੱਲ ਸੀ ਉਹ ਮੇਰੇ ਕੰਨੀਓਂ ਕਲੀਅਰ ਕਰਕੇ ਅਕਾਊਂਟ ਬ੍ਰਾਂਚ 'ਤੇ ਦਿੱਤਾ ਗਿਆ। ਅਕਾਊਂਟ ਬ੍ਰਾਂਚ ਕੰਨੀਓਂ ਹੀ ਓਬਜੈਕਸ਼ਨ ਲਾਇਆ ਗਿਆ ਬਈ ਜਿਹੜੇ ਬੰਦੇ ਇੱਕ ਅੱਜ ਭਰਤੀ ਹੋਏ ਨੇ, ਇੱਕ 15 ਸਾਲ ਪਹਿਲਾਂ ਦੇ ਨੇ, ਉਹਨਾਂ ਨੂੰ ਇੱਕੋ ਜਿਹੀ ਤਨਖਾਹ ਨਹੀਂ ਦਿੱਤੀ ਜਾ ਸਕਦੀ। ਤਜਰਬੇ ਦੇ ਹਿਸਾਬ ਨਾਲ ਤਨਖਾਹ ਦੇਣੀ,
उन्होंने कन्नियों है अकाउंट ब्रांच कन्नियों ऑब्जेक्शन लाया गया। साडा दूसरा सवाल है तुहाडे लई कि जिहड़े मुलाजम कह रहे हैं कि कर्मचारियों वल्लों धक्के नाल उन्हां नूं सीवरेज च उतारिया जांदा नहीं और मना करन ते उन्हां वल्लों नौकरी तों बाहर कढ़न दे मतलब मसले कहे जाते हैं कि यह मामला किन्नी गंभीरता ना देखा जा सकता क्योंकि सरकार वालों सख्त हदायत है कि कोई भी सीवरेज मैन सीवरेज के मैनुअली नहीं उतरूगा। जिदन का मैं आया मैं किसी को भी सीवर च उतरने लिए नहीं कहा गया ये पहला तो ही अपनी मर्जी नाल काम करते हैं हुण भी अपनी मर्जी नाल ही काम करते आ रहे नहीं पर साडे को तुहाडी मौजूदगी दे विच कर्मचारी सीवरेज उतरे हुए दे पूरे प्रूफ ने सबूत ने उस बारे तुसीं की कहना चाहोगे? ਇਹ ਮੇਰੇ ਨਾਲ ਕੋਈ ਵੀ ਰਿਲੇਟਡ ਨਹੀਂ ਹੈਗਾ ਨਾ ਮੈਂ ਕਦੇ ਕਿਸੇ ਨੂੰ ਕਿਹਾ ਇਹ ਯੂਨੀਅਨ ਦੇ ਪ੍ਰਧਾਨ ਵੀ ਉਰੇ ਬੈਠੇ ਨੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਕਦੇ ਕਿਹਾ ਮੈਂ ਤਾਂ ਇਹਨਾਂ ਨੂੰ ਰੋਕਦਾ ਹੀ ਹਾਂ ਨਹੀਂ ਪਰ ਤੁਸੀਂ ਮੌਜੂਦ ਸੀ ਉਸ ਮੌਕੇ ਤੇ ਮੈਂ ਇਹਨਾਂ ਨੂੰ ਰੋਕਣੇ ਗਿਆ ਹੋਊਂਗਾ ਜਦ ਕਿ ਇਹ ਆਪਣੀ ਮਰਜ਼ੀ ਨਾਲ ਵਿੱਚ ਵੜ ਜਾਂਦੇ ਨੇ। ਸਾਡੇ ਕੋਲ ਇੱਕ ਵਾਇਰਲ ਹੋ ਰਹੀ ਹੈ ਜੀ ਫੋਟੋ ਜਿਸ ਵਿੱਚ ਤੁਸੀਂ ਸਾਫ਼ ਨਜ਼ਰ ਆ ਰਹੇ ਹੋ ਸੀਵਰੇਜ ਗਟਰ ਦੇ ਉੱਪਰ ਖੜੇ ਹੋਏ ਕਰਮਚਾਰੀ ਥੱਲੇ ਉਤਰਿਆ ਹੋਇਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਸ ਬਾਰੇ ਕੁਛ ਨਹੀਂ ਕਹਿ ਸਕਦਾ ਜੀ।